ਸਤਿ ਸ਼੍ਰੀ ਅਕਾਲ ਦੋਸਤੋ ਮੈਂ ਚਰਨਜੀਤ ਸਿੰਘ ਅੱਜ ਇਸ ਸਮੇਂ ਦੇ ਵਿੱਚ ਬੜੇ ਜ਼ਿਆਦੇ ਲੋਕ ਜਿਹੜੇ ਨੇ ਇਸ ਪ੍ਰੋਬਲਮ ਦੇ ਵਿੱਚੋਂ ਦੀ ਲੰਘਦੇ ਨੇ ਉਹਨਾਂ ਦੇ ਪਸ਼ੂ ਜਿਹੜੇ ਨੇ ਗਾਂ ਹੋਵੇ ਜਾਂ ਮੱਝ ਹੋਵੇ ਚੰਗੀ ਤਰ੍ਹਾਂ ਖੁੱਲ ਕੇ ਹੀਟ ਦੇ ਵਿੱਚ ਨਹੀਂ ਆਉਂਦੇ ਗੁੰਗੀ ਹੀਟ ਦੇ ਵਿੱਚ ਰਹਿੰਦੇ ਨੇ ਹੀਟ ਜਿਹੜੀ ਇਹ ਕਈ ਕਈ ਦਿਨ ਚੱਲਦੀ ਰਹਿੰਦੀ ਹੈ ਜਿਹਦੇ ਕਾਰਨ ਪਸ਼ੂ ਜਿਹੜਾ ਏਆਈ ਕਰਵਾਉਣ ਤੋਂ ਬਾਅਦ ਦੇ ਵਿੱਚ ਜਾਂ ਮੀਟਿੰਗ ਕਰਵਾਉਣ ਤੋਂ ਬਾਅਦ ਦੇ ਵਿੱਚ ਖਲੋਂਦਾ ਨਹੀਂਗਾ ਗੱਬਰ ਨਹੀਂ ਹੁੰਦਾ ਇਹ ਪ੍ਰੋਬਲਮ ਜਿਹੜੀ ਇਹ ਬਹੁਤ ਹੀ ਜ਼ਿਆਦੀ ਹੁਣ ਵੱਧ ਗਈ ਹੈ ਪੰਜਾਬ ਦੇ ਵਿੱਚ ਤਾਂ ਇੰਨੀ ਕੁ ਜ਼ਿਆਦੀ ਹੈ ਕਿ ਸੜਕਾਂ ਭਰੀਆਂ ਪਈਆਂ ਨੇ گاਵਾਂ ਦੇ ਨਾਲ گاਵਾ

ਉਨਾ ਗਾਵਾਂ ਦੇ ਤੁਰੀਆਂ ਫਰੰਦ ਦੇ ਪਿੱਛੇ ਇਹੋ ਹੀ ਕਾਰਨ ਆ ਕਿ ਜਾਂ ਤੇ ਉਹ ਹੀਟ ਦੇ ਵਿੱਚ ਨਹੀਂ ਆਉਂਦੀਆਂ ਜੇ ਆਉਂਦੀਆਂ ਨੇ ਤਾਂ ਗੱਬੜ ਨਹੀਂ ਹੁੰਦੀਆਂ ਖਲੋਂਦੀਆਂ ਨਹੀਂ ਗਿਆ ਅੱਜ ਇਸ ਵੀਡੀਓ ਦੇ ਵਿੱਚ ਬਿਲਕੁਲ ਟੌਪ ਕਲਾਸ ਫਾਰਮੂਲੇ ਆਪਾਂ ਤੁਹਾਡੇ ਨਾਲ ਸਾਂਝੇ ਕਰਨੇ ਆ ਕਿਸੇ ਵੀ ਖਰਾਬ ਤੋਂ ਖਰਾਬ ਪਸ਼ੂ ਦੇ ਉੱਤੇ ਵੀ ਤੁਸੀਂ ਇਹ ਫਾਰਮੂਲੇ ਵਰਤ ਲੋਗੇ ਨਾ ਤੇ 100% ਗਾਰੰਟੀ ਹੈ ਕਿ ਤੁਹਾਡਾ ਪਸ਼ੂ ਜੜਾ ਹੀਟ ਦੇ ਵਿੱਚ ਵੀ ਆਵੇਗਾ ਤੇ ਏਆਈ ਕਰਵਾਉਣ ਤੋਂ ਬਾਅਦ ਦੇ ਵਿੱਚ ਜਾਂ ਮੀਟਿੰਗ ਕਰਵਾਉਣ ਤੋਂ ਬਾਅਦ ਦੇ ਵਿੱਚ ਗੱਬੜ ਵੀ ਹੋਵੇਗਾ ਇੱਕ ਦੇਸੀ ਫਾਰਮੂਲਾ ਆਪਾਂ ਤੁਹਾਡੇ ਨਾਲ ਸਾਂਝਾ ਕਰਨਾ ਹੈ ਤੇ ਇੱਕ ਹੋਮਿਓਪੈਥੀ ਦਵਾਈ ਵੀ ਆਪਾਂ ਤੁਹਾਨੂੰ ਦੱਸਣੀ ਹੈ ਦੋਵਾਂ ਦੇ ਵਿੱਚੋਂ ਕੋਈ ਵੀ ਚੀਜ਼ ਜਿਹੜੀ ਹੈ ਤੁਸੀਂ ਵਰਤ ਸਕਦੇ ਹੋ ਕਿਸੇ ਵੀ ਇੱਕ ਫਾਰਮੂਲੇ ਨੂੰ ਵਰਤਣ ਦੇ ਨਾਲ ਤੁਹਾਡਾ ਪਸ਼ੂ ਜਿਹੜਾ ਹੈ ਬਿਲਕੁਲ 100% ਠੀਕ ਹੋ ਜਾਊਗਾ ਸਮੇਂ ਸਿਰ ਗੱਬਣ ਹੋਊਗਾ ਸੋ ਸਭ ਤੋਂ ਪਹਿਲਾਂ ਜਿਹੜੇ ਕੁਝ ਨਵੇਂ ਫਾਰਮਰ ਪਹਿਲੀ ਵਾਰੀ ਆਪਣੇ ਚੈਨਲ ਤੇ ਆਏ ਨੇ ਸਬਸਕ੍ਰਾਈਬ ਕਰਕੇ ਬੈਲ ਜ਼ਰੂਰ ਨਾਲ ਦਬਾ ਲਓ ਤਾਂ ਜੋ ਖੇਤੀਬਾੜੀ ਦੇ ਨਾਲ ਪਸ਼ੂ ਪਾਲਣ ਦੇ ਨਾਲ ਰਿਲੇਟਡ ਵੀਡੀਓ ਜਣੀਆਂ ਅੱਗੇ ਵੀ ਆਉਣ ਵਾਲੀਆਂ ਨੇ ਉਹ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਦੇ ਸਮੇਂ 'ਚ ਬੜੇ ਜ਼ਿਆਦੇ ਪਸ਼ੂ ਬਿਮਾਰ ਹੋਈ ਜਾਂਦੇ ਨੇ ਖਰਾਬ ਹੋਈ ਜਾਂਦੇ ਨੇ ਕਿਸਾਨ ਕਾਰਨਾਂ ਦੇ ਉ ਧਿਆਨ ਨਹੀਂ ਦਿੰਦੇ ਕਿ ਕਾਰਨ ਕੀ ਹੈ ਸਾਡੇ ਪਸ਼ੂ ਦੇ ਬਿਮਾਰ ਹੋਣ ਦੇ ਪਿੱਛੇ ਜਾਂ ਖਰਾਬ ਹੋਣ ਦੇ ਪਿੱਛੇ ਵਾਰ-ਵਾਰ ਹੀਟ ਆਉਣ ਦੇ ਪਿੱਛੇ ਅੱਜ ਜਿਹੜਾ ਸਭ ਤੋਂ ਵੱਡਾ ਕਾਰਨ ਬਣ ਗਿਆ ਨਾ ਹਰ ਇੱਕ ਪਿੰਡ ਦੇ ਵਿੱਚ 10-10 ਚਾਰ-ਚਾਰ ਵੈਟਰਨਰੀ ਡਾਕਟਰ ਬਣ ਗਏ ਨੇ ਨਵੇਂ ਮੁੰਡੇ 2000 ਰੁਪਏ ਦਾ ਨਵਾਂ ਝੋਲਾ ਲੈ ਕੇ ਝੋਲਾ ਚੁੱਕ ਜੇ ਬਣ ਜਾਂਦੇ ਨੇ ਤੇ ਆਪਣੇ ਆਪ ਨੂੰ ਵੈਟਰਨਰੀ ਡਾਕਟਰ ਕਹਿਣਾ ਸ਼ੁਰੂ ਕਰ ਦਿੰਦੇ ਨੇ ਬਿਨਾ ਕਿਸੇ ਤਜਰਬੇ ਤੋਂ ਉਹ ਜਿਹੜੇ ਨੇ ਪਸ਼ੂਆਂ ਦੇ ਅੰਦਰ ਹੱਥ ਪਾ ਪਾ ਕੇ ਡੰਡ ਲਾ ਦਿੰਦੇ ਨੇ ਇਹੋ ਜਿਹੇ ਡਾਕਟਰਾਂ ਦੇ ਕੋਲੋਂ ਬਚਣਾ ਵੀ ਬੜਾ ਜ਼ਿਆਦਾ ਜ਼ਰੂਰੀ ਏ ਕਿਸੇ ਤਜਰਬੇਕਾਰ ਡਾਕਟਰ ਦੇ ਕੋਲੋਂ ਹੀ ਆਪਾਂ ਨੂੰ ਪਸ਼ੂ ਦੇ ਅੰਦਰ ਹੱਥ ਪਾਉਣਾ ਚਾਹੀਦਾ ਹੈ ਬੜੇ ਜ਼ਿਆਦਾ ਸੈਂਸਿਟਿਵ ਜਿਹੜੀ ਅੰਦਰ ਚੀਜ਼ ਹੁੰਦੀ ਏ ਇਹਦੇ ਤੋਂ ਇਲਾਵਾ ਇਸ ਪ੍ਰੋਬਲਮ ਦਾ ਜ਼ਿਆਦਾ ਵਧਣਾ ਜਿਹੜਾ ਮੇਨ ਕਾਰਨ ਹੋਰ ਬਣ Ja. ਪਸ਼ੂ ਦੀ ਗੁੰਗੀ ਹੀਟ ਦੇ ਉੱਤੇ ਧਿਆਨ ਨਾ ਦੇਣਾ ਜਦੋਂ ਪਸ਼ੂ ਹੀਟ ਦੇ ਵਿੱਚ ਆਉਂਦਾ ਹੈ ਉਹਦੀ ਏਆਈ ਜਾਂ ਮੀਟਿੰਗ ਨਾ ਕਰਵਾਉਣਾ ਜਾਂ ਫਿਰ ਡੀ ਵਰਮਿੰਗ ਜਿਹੜੀ ਹੈ ਸਮੇਂ ਸਿਰ ਪਸ਼ੂ ਦੀ ਨਾ ਕਰਨਾ ਚਾਹੇ ਗਾਂ ਹੈ ਆਪਣੀ ਤਾਂ ਘੱਟੋ-ਘੱਟ 2.5 ਕੁਇੰਟਲੋ ਦਾ ਵਜ਼ਨ ਹੋਣਾ ਚਾਹੀਦਾ ਹੈ ਹੀਟ ਦੇ ਵਿੱਚ ਆਉਣ ਦੇ ਲਈ ਗੱਭਣ ਹੋਣ ਦੇ ਵਾਸਤੇ ਤੇ ਜੇਕਰ ਮੱਝ ਹੈ ਤਾਂ ਉਹਦਾ 3 ਕੁਇੰਟਲ ਘੱਟ ਤੋਂ ਘੱਟ ਵਜ਼ਨ ਹੋਣਾ ਚਾਹੀਦਾ ਹੈ ਜੇ ਆਪਾਂ ਉਹਨੂੰ ਗੱਭਣ ਕਰਵਾਉਣਾ ਚਾਹੁੰਦੇ ਹਾਂ ਸੋ ਕਿਸੇ ਵੀ ਪਸ਼ੂ ਨੂੰ ਬਿਲਕੁਲ ਪਰਫੈਕਟ ਹੀਟ ਦੇ ਵਿੱਚ ਲਿਆਉਣ ਦੇ ਵਾਸਤੇ ਜਿਹੜੇ ਦੋ ਫਾਰਮੂਲੇ ਮੈਂ ਤੁਹਾਨੂੰ ਦੱਸਣ ਲੱਗਾ ਸਭ ਤੋਂ ਪਹਿਲੇ ਨੰ ਤੁਸੀਂ ਨੋਟ ਕਰਨਾ ਹੈ ਇਹਦੇ ਵਿੱਚ ਤੁਸੀਂ ਕਰਨਾ ਕਿ ਇਹ 2 ਤੋਂ 3 ਭਲਾਵੇ ਲੈਣੇ ਆ ਇਹਨਾਂ ਨੂੰ ਇਹ ਜਿਹੜੇ ਆਮ ਤੋਂ ਅੰਪਸਾਰੀ ਦੇ ਕੋਲੋਂ ਮਿਲ ਜਾਣਗੇ ਬੜੀ ਆਮ ਜੀ ਚੀਜ਼ ਹੈ ਇਹਨਾਂ ਨੂੰ ਤੁਸੀਂ ਤਵੇ ਦੇ ਉੱਤੇ ਰੱਖ ਕੇ ਚੰਗੀ ਤਰ੍ਹਾਂ ਗਰਮ ਕਰ ਲੈਣਾ ਗਰਮ ਕਰਨ ਤੋਂ ਬਾਅਦ ਵਿੱਚ ਇਹਨਾਂ ਨੂੰ ਕੁੱਟ ਕੇ ਇਹਨਾਂ ਦਾ ਪਾਊਡਰ ਜਿਹੜਾ ਬਣਾ ਲੈਣਾ ਇਹਨਾਂ ਦੇ ਨਾਲ ਜਿਹੜੀਆਂ ਦੂਜੀਆਂ ਮੇਨ ਹੋਰ ਚੀਜ਼ਾਂ ਤੁਸੀਂ ਲੈਣੀਆਂ ਨੇ 50 ਗ੍ਰਾਮ ਹਲਦੀ 30 ਤੋਂ 40 ਗ੍ਰਾਮ ਜਿਹੜਾ ਲਸਣ ਇਹਨਾਂ ਚੀਜ਼ਾਂ ਨੂੰ ਤੁਸੀਂ 200 ਗ੍ਰਾਮ ਗੁੜ ਦੇ ਵਿੱਚ ਮਿਕਸ ਕਰਕੇ ਕਿਸੇ ਵੀ ਪਸ਼ੂ ਨੂੰ ਇੱਕ ਟਾਈਮ ਦੇ ਦੇਣਾ ਹੈ ਪੱਠੇ ਖਾਣ ਤੋਂ ਚਾਰਾ ਖਾਣ ਤੋਂ ਬਾਅਦ ਦੇ ਵਿੱਚ ਇਹ ਫਾਰਮੂਲਾ ਤੁਸੀਂ ਉਹਨਾਂ ਚਰ ਵਰਤਣਾ ਜਿੰਨਾਂ ਚਿਰ ਤੁਹਾਡਾ ਪਸ਼ੂ ਹੀਟ ਦੇ ਵਿੱਚ ਨਾ ਆ ਜਾਵੇ ਇਹਨਾਂ ਇੱਕ ਪੱਕਾ ਫਾਰਮੂਲਾ ਹੈ ਕਿ ਇਹਨੂੰ ਖਾਣ ਤੋਂ ਬਾਅਦ ਦੇ ਵਿੱਚ ਕੋਈ ਪਸ਼ੂ ਹੀਟ ਦੇ ਵਿੱਚ ਨਾ ਆਵੇ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਅੜੇ ਤੋਂ ਅੜੇ ਪਸ਼ੂ ਵੀ ਜਿਹੜੇ ਨੇ ਇਸ ਤਰੀਕੇ ਦੇ ਨਾਲ ਹੀਟ ਦੇ ਵਿੱਚ ਆ ਜਾਂਦੇ ਨੇ ਪਰ ਜੇਕਰ ਤੁਹਾਡਾ ਪਸ਼ੂ ਬਿਲਕੁਲ ਹਸਟ ਟੂ ਪੁਸ਼ਟ ਹੈ ਪਿਛਲੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਬਿਲਕੁਲ ਸਹੀ ਨਹੀਂ ਨੇ ਤੁਸੀਂ ਹੋਮਿਓਪੈਥੀ ਦਾ ਇੱਕ ਜਿਹੜਾ ਫਾਰਮੂਲਾ ਉਹ ਵੀ ਨੋਟ ਕਰ ਸਕਦੇ ਹੋ ਇਹ ਇੰਨਾ ਕਿ ਜ਼ਿਆਦਾ ਪੱਕਾ ਹੈ ਸਿਰਫ ਇੱਕ ਦਿਨ ਦੇਣ ਦੇ ਨਾਲ ਇਹ ਕੋਈ ਦਿਨ ਤੁਸੀਂ ਇਹ ਜਿਹੜੀ ਦਵਾਈ ਹੈ ਵਰਤਣੀ ਹੈ ਇੱਕ ਦਿਨ ਦੇਣ ਦੇ ਨਾਲ ਹੀ ਤੁਹਾਡਾ ਪਸ਼ੂ ਜਿਹੜਾ ਬਿਲਕੁਲ ਖੁੱਲ ਕੇ ਹੀਟ ਦੇ ਵਿੱਚ ਆਵੇਗਾ ਤੇ ਗੱਭਣ ਵੀ ਹੋਣ ਦੇ ਚਾਂਸ ਜਿਹੜੇ ਬੜੇ ਜ਼ਿਆਦਾ ਉਹਦੇ ਬਣ ਜਾਂਦੇ ਨੇ ਇਹਦੇ ਲਈ ਤੁਸੀਂ ਇਹ ਜਿਹੜੀ ਹੋਮਿਓਪੈਥੀ ਦਵਾਈ ਲੈਣੀ ਹੈ ਹੀਟੋ ਪਲਸ ਇਹ ਜਿਹੜੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਕਾਰਗਰ ਦਵਾਈ ਹੈ ਇਹਨੂੰ ਤੁਸੀਂ 10 10 10 ਐਮਲ ਇੱਕ ਦਿਨ ਦੇ ਵਿੱਚ ਰੋਜ਼ਾਨਾ 30 ਐਮਲ ਆਪਾਂ ਜਿਹੜੀ ਦਵਾਈ ਹੈ ਬਿਨਾ ਹੱਥ ਲਾਏ ਕਿਸੇ ਵੀ ਪਸ਼ੂ ਨੂੰ ਦੇਣੀ ਹੈ ਇਹਨੂੰ ਆਪਣਾ ਹੱਥ ਨਹੀਂ ਲੱਗਣਾ ਚਾਹੀਦਾ ਦਵਾਈ ਨੂੰ ਆਪਾਂ ਸਿਰਿੰਜ ਦੇ ਵਿੱਚ ਭਰ ਕੇ ਜਿਹੜੇ ਵੀ ਪਸ਼ੂ ਨੂੰ ਹੀਟ ਦੇ ਵਿੱਚ ਲਿਆਉਣਾ ਚਾਹੁੰਦੇ ਉਹਨੂੰ ਸਵੇ ਇੱਕ ਵਾਰੀ 10 ml ਜਿਹੜੀ ਇਹ ਦਵਾਈ ਉਹਦੇ ਮੂੰਹ ਦੇ ਵਿੱਚ ਸਿਰਿੰਜ ਭਰ ਕੇ ਮਾਰ ਦੇਣੀ ਹੈ 10 ml ਦੁਪਹਿਰ ਨੂੰ ਤੇ 10 ਹੀ ml ਜਿਹੜੀ ਆਪਾਂ ਸ਼ਾਮ ਨੂੰ ਸਿਰਫ ਇੱਕੋ ਦੇਣੇ ਤੁਸੀਂ ਦਵਾਈ ਦੇਣੀ ਹੈ ਤੁਹਾਡਾ ਪਸ਼ੂ ਹੀਟ ਦੇ ਵਿੱਚ ਆ ਜਾਊਗਾ। ਤੋਂ ਇਹ ਬਹੁਤ ਹੀ ਜ਼ਿਆਦਾ ਪੱਕੇ ਫਾਰਮੂਲੇ ਨੇ ਜਿਹੜੇ ਦੋਨੋਂ ਦੱਸੇ ਨੇ। ਪਹਿਲਾ ਜਿਹੜਾ ਦੇਸੀ ਤਰੀਕਾ ਹੈ ਉਹਦੀ ਵੀ ਤੁਸੀਂ ਵਰਤੋਂ ਕਰ ਸਕਦੇ ਹੋ 100% ਕੰਮ ਕਰੇਗਾ ਤੇ ਜੇਕਰ ਤੁਸੀਂ ਉਹਨੂੰ ਨਹੀਂ ਵਰਤਣਾ ਚਾਹੁੰਦੇ ਕੋਈ ਸੌਖਾ ਤਰੀਕਾ ਚਾਹੁੰਦੇ ਹੋ ਤਾਂ ਤੁਸੀਂ ਇਹ ਹੋਮਿਓਪੈਥੀ ਵਾਲਾ ਜਿਹੜਾ ਇਹਦੀ ਵੀ ਵਰਤੋਂ ਕਰ ਸਕਦੇ ਹੋ। ਦੋਵਾਂ ਦੇ ਵਿੱਚੋਂ ਕੋਈ ਵੀ ਇੱਕ ਫਾਰਮੂਲਾ ਵਰਤਣ ਦੇ ਨਾਲ ਤੁਹਾਡਾ ਪਸ਼ੂ ਜਿਹੜਾ ਹੈ ਹੀਟ ਦੇ ਵਿੱਚ ਆਜਊਗਾ। ਸੋ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਕਿਸਾਨਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜੇ ਆਪਣਾ ਫਰਜ਼ ਸਮਝ ਕੇ ਬੜੇ ਜ਼ਿਆਦਾ ਪਸ਼ੂ ਅੱਜ ਦੇ ਸਮੇਂ ਦੇ ਵਿੱਚ ਇਸ ਪ੍ਰੋਬਲਮ ਦੇ ਵਿੱਚੋਂ ਦੀ ਲੰਗੀ ਜਾਂਦੇ ਨੇ। ਵੱਧ ਤੋਂ ਵੱਧ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਨਾ, ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ।